ਅੱਜ ਅਸੀਂ ਹੀਲਿੰਗ ਹਸਪੀਟਲ ਆਏ ਹਾਂ ਤੇ ਬੜੇ ਹੀ ਇੰਪੋਰਟੈਂਟ ਇਸ਼ੂ ਦੀ ਗੱਲਬਾਤ ਕਰਨ ਆਏ ਹਾਂ ਕਿ ਪੇਸ਼ੈਂਟਸ ਦੇ ਵਿੱਚ ਬੜੇ ਸਾਰੀਆਂ ਇਹੋ ਜਿਹੇ ਪ੍ਰੋਬਲਮਸ ਪਾਏ ਜਾਂਦੇ ਆ ਜਿਨ੍ਹਾਂ ਦਾ ਸੋਲੂਸ਼ਨ ਨਿਕਾਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਸੋ ਉਹਨਾਂ ਵਿੱਚੋਂ ਇੱਕ ਪ੍ਰੋਬਲਮ ਹੈ ਸਪਾਈਨਲ ਕੋਰਡ ਦੀ। ਸੋ ਸਪਾਈਨਲ ਸਰਜਰੀ ਕਰਾਉਣੀ ਕਿੱਥੋਂ ਬੈਸਟ ਰਹੇਗੀ ਜਾਂ ਕਿਹੜੇ ਡਾਕਟਰਸ ਨੇ ਜਿਹੜੇ ਕਿ ਇਸ ਚੀਜ਼ ਦੇ ਵਿੱਚ ਪ੍ਰੋਪਰ ਇਲਾਜ ਕਰ ਸਕਦੇ ਨੇ ਜਾਂ ਜਿਹੜੇ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਤੋਂ ਜੂਝ ਰਹੇ ਨੇ ਉਹਨਾਂ ਲਈ ਕਿਹੜੀ ਕਿਹੜੀਆਂ ਨਿਊ ਟੈਕਨੀਕਸ ਆ ਚੁੱਕੀਆਂ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਡਾਕਟਰ ਅਜੇ ਸਿੰਘ ਜੀ ਸਾਨੂੰ ਓਪਰੇਸ਼ਨ ਥੀਏਟਰ ਦੇ ਵਿੱਚ ਸਾਰੀਆਂ ਮਸ਼ੀਨਸ ਵੀ ਦਿਖਾਉਣਗੇ, ਸਾਨੂੰ ਡੈਮੋ ਵੀ ਦਿਖਾਉਣਗੇ। ਅਤੇ ਨਾਲ ਹੀ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਇਹ ਕਿ ਜਿਹੜੀ ਸਪਾਈਨਲ ਹੁੰਦੀ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਸਾਡੀ ਪੂਰੀ ਫੁੱਲ ਬੋਡੀ ਦੀ ਸਪੋਰਟ ਹੈ। ਸੋ ਇਸ ਚੀਜ਼ ਦੇ ਉੱਪਰ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਸੋਚਣ ਦੀ ਵੀ ਲੋੜ ਹੈ ਅਤੇ ਕਿਵੇਂ ਇਸ ਚੀਜ਼ ਤੋਂ ਅਸੀਂ ਬਚ ਸਕਦੇ ਹਾਂ ਕਿ ਸਾਡੀ ਵੀਕ ਨਾ ਹੋਏ ਜਾਂ ਜਿਹੜੀ ਫ੍ਰੈਕਚਰ ਹੋਈ ਹੈ ਉਹਨੂੰ ਕਿਵੇਂ ਠੀਕ ਕੀਤਾ ਜਾ ਸਕਦਾ। ਇਸ ਸਾਰੇ ਬਾਰੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਦੇ ਨਾਲ। ਸਪੈਸ਼ਲੀ ਆਏ ਹਾਂ ਜਾਣਨ ਵਾਸਤੇ ਕਿਉਂਕਿ ਬੜੀਆਂ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਹੁੰਦੀਆਂ ਜਿਨ੍ਹਾਂ ਦਾ ਸਲਿਊਸ਼ਨ ਨਿਕਾਲਣਾ ਬੜਾ ਮੁਸ਼ਕਲ ਹੁੰਦਾ। ਸੋ ਅਸੀਂ ਸੁਣਿਆ ਸੀ ਕਿ ਡਾਕਟਰ ਅਜੇ ਸਿੰਘ ਜੀ ਜਿਹੜੇ ਕਿ ਸਪਾਈਨਲ ਸਪੈਸ਼ਲ ਨੇ ਜਾਂ ਨਿਊਰੋ ਸਪੈਸ਼ਲ ਨੇ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨਾ ਚਾਹੁੰਦੇ ਸੀ, ਅਸੀਂ ਜਾਣਨਾ ਵੀ ਚਾਹੁੰਦੇ ਸੀ ਕਿ ਡੈਮੋ ਵੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਦਿਓ। ਦੇਖੋ ਹੁਣ ਤੁਸੀਂ ਥੀਏਟਰ 'ਚ ਆ ਹੀ ਗਏ ਹੋ ਅਤੇ ਤੁਹਾਡੇ ਸਾਹਮਣੇ ਆਪਣੇ ਪਲਵਲ ਹਰਿਆਣਾ ਤੋਂ ਪੇਸ਼ੈਂਟ ਹੈ। ਇਜ਼ ਅ ਮਤਲਬ ਯੰਗ ਮੈਨ ਜਿਹੜਾ ਡਿਸਕ ਦੇ ਨਾਲ ਸਾਡੇ ਕੋਲ ਆਇਆ, ਉਹਨਾਂ ਦਾ ਓਪਰੇਟ ਕਰਨਾ ਹੈ ਤਾਂ ਸਾਰੀ ਤਿਆਰੀ ਆਪਣੀ ਹੋ ਚੁੱਕੀ ਹੈ, ਜਿਹਦੇ ਵਿੱਚ ਆਪਾਂ ਦੋ ਲੈਵਲ ਦੀ ਡਿਸਕ ਹੈ, ਮਿਨੀਮਲ ਇਨਵੇਜ਼ਿਵ ਛੋਟੇ ਚੀਰੇ ਨਾਲ ਆਪਾਂ ਕਰਨ ਜਾ ਰਹੇ ਹਾਂ। ਅਤੇ ਨਿਊਰੋ ਸਰਜਰੀ ਡਿਪਾਰਟਮੈਂਟ ਦੇ ਬਾਰੇ ਮੈਂ ਥੋੜ੍ਹਾ ਦੱਸਣਾ ਚਾਹਾਂਗਾ। ਦੇਖੋ ਨਿਊਰੋ ਸਰਜਰੀ ਡਿਪਾਰਟਮੈਂਟ ਜਿਹੜਾ ਸਾਡਾ ਹੀਲਿੰਗ ਹੋਸਪਿਟਲ ਦਾ, ਪਹਿਲਾਂ ਤਾਂ ਇਹ ਕਿ ਕਾਫੀ ਟਾਈਮ ਹੋ ਗਿਆ, 4-5 ਸਾਲ ਹੋ ਗਿਆ ਇੱਥੇ ਕੰਮ ਰੈਗੂਲਰਲੀ, ਸਪਾਈਨਸ ਐਂਡ ਬ੍ਰੇਨਸ ਚੱਲ ਰਿਹਾ। ਈਵਨ ਲੋਕਲ ਪਾਪੂਲੇਸ਼ਨ ਹੁਣ ਸਾਡੇ ਕੋਲ ਤਾਂ ਪੈਨ ਇੰਡੀਆ ਦੇ ਵੀ ਪੇਸ਼ੈਂਟ ਜਿਹੜੇ ਹੈ ਉਹ ਆਉਣ ਲੱਗ ਪਏ ਨੇ, ਯੂਪੀ ਦੇ ਕਾਫੀ ਓਪਰੇਟ ਕੀਤੇ ਹੈ, ਬੰਗਾਲ ਦੇ, ਈਵਨ ਸਾਊਥ ਹਲ ਦੇ ਵੀ ਪੇਸ਼ੈਂਟ ਸਾਨੂੰ ਜੋ ਅਪਰੋਚ ਕਰ ਰਹੇ ਨੇ, ਈਵਨ ਸ਼੍ਰੀਨਗਰ ਦੇ ਕਈ ਕਾਫੀ ਪੇਸ਼ੈਂਟ ਓਪਰੇਟ ਕਰ ਚੁੱਕੇ ਹਨ। ਅਤੇ ਰੀਜ਼ਨ ਇਹੀ ਹੈ ਕਿ ਅਸੀਂ ਅੱਛਾ ਕੰਮ ਕਰ ਰਹੇ ਹਾਂ ਤਾਂ ਉਹਨੂੰ ਥੋੜ੍ਹਾ ਲੋਕਾਂ 'ਚ ਜਦੋਂ ਖਬਰ ਫੈਲਦੀ ਹੈ ਤਾਂ ਫਿਰ ਲੋਕ ਸਾਡੇ ਤੋਂ ਆਉਂਦੇ ਨੇ। ਅਤੇ ਕਾਰਨ ਕੀ ਹੈ ਤੁਸੀਂ ਕਹੋਗੇ, ਦੇਖੋ ਹਰ ਜਗ੍ਹਾ 'ਤੇ ਇੱਕ ਤਾਂ ਹੁੰਦਾ ਕਿ ਡਾਕਟਰ ਦੇ ਫੇਥ, ਦੂਸਰਾ ਹੁੰਦਾ ਟੈਕਨੀਕ। ਲੋਕ ਕਹਿੰਦੇ ਨੇ ਕਿ ਉਹ ਟੈਕਨੀਕ ਯੂਜ਼ ਹੋਵੇ ਜਿਸ ਤੋਂ ਘੱਟ ਚੀਰਾ ਲੱਗੇ, ਘੱਟ ਤੋਂ ਘੱਟ ਪੇਨ ਹੋਵੇ ਔਰ ਪੇਸ਼ੈਂਟ ਜਲਦੀ ਸਪਾਈਨ ਦੇ ਕੋਈ ਡਿਲੇਮਾ। ਮਰੀਜ਼ ਕਹਿੰਦਾ ਓਪਰੇਸ਼ਨ ਕਰਾ ਕੇ ਮੈਂ ਬੈੱਡ 'ਤੇ ਲੇਟ ਜਾਵਾਂਗਾ, ਜਿਹੜੀ ਹੁਣ ਕੰਡੀਸ਼ਨ ਉਹ ਤੋਂ ਵੀ ਥੱਲੇ ਚਲਾ ਜਾਵਾਂਗਾ, ਲਕਵਾ ਹੋ ਜਾਣਾ, ਲੈਟਰਿਨ ਬਾਥਰੂਮ ਰੁਕ ਜਾਣਾ। ਉਹ ਪਹਿਲੇ ਇਹ ਚੀਜ਼ਾਂ ਹੁੰਦੀਆਂ ਸੀਗੀਆਂ ਜਦੋਂ ਟੈਕਨੀਕ ਇੰਨੀ ਐਡਵਾਂਸ ਨਹੀਂ ਸੀਗੀ, ਚੀਰੇ ਵੀ ਵੱਡੇ ਲੱਗਦੇ ਸੀ, ਪੇਸ਼ੈਂਟ ਸਾਰੀ ਉਮਰ ਇਹੀ ਪਿੱਠ ਵਿੱਚ ਜਕੜਨ ਪੈ ਰਹਿੰਦੀ ਸੀ। ਬਟ ਹੁਣ ਇਹੋ ਜਿਹਾ ਕੁਛ ਨਹੀਂ ਹੈਗਾ, ਬਿਮਾਰੀ ਦੇ ਹਿਸਾਬ ਨਾਲ ਐਕਚੁਲੀ ਹੁੰਦਾ। ਜੇ ਛੋਟੀ ਤੁਹਾਡੀ ਸਿੰਪਲ ਡਿਸਕ ਹੈ, ਛੋਟੇ ਲੈਵਲ ਦੀ ਹੈ, ਫਿਰ ਅਸੀਂ ਆਪਣਾ ਕਿ ਜੋ ਐਂਡੋਸਕੋਪ ਸੈੱਟ ਹੈ ਜਿਹੜਾ ਆਪਾਂ ਯੂਜ਼ ਕਰਨ ਜਾ ਰਹੇ ਹਾਂ, ਉਹ ਵੀ ਮੈਂ ਤੁਹਾਨੂੰ ਦੱਸੂਗਾ ਕਿ ਉਹ ਯੂਜ਼ ਕਰਦੇ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜੀ ਕਿਤਾਬਾਂ 'ਚ ਲਿਖਿਆ ਹੋਇਆ ਕਿ ਮੋਰ ਦੈਨ 90% ਲੋਕ, ਮੈਂ ਹੋਸਪਿਟਲ ਦੀ ਨਹੀਂ ਗੱਲ ਕਰਦਾ, ਟੋਟਲ ਪਾਪੂਲੇਸ਼ਨ ਜਿਹੜੀ ਵਰਲਡ ਦੀ ਹੈ ਉਹਦੇ 90% ਲੋਕ ਕਿਤੇ ਨਾ ਕਿਤੇ ਸਪਾਈਨ ਦੀ ਦਰਦ ਨਾਲ ਜੂਝਦੇ ਨੇ। ਅਤੇ ਅਸੀਂ ਉਹ ਆਪਣਾ ਓ ਪੀ ਡੀ ਦੇ ਕਰੀਏ ਤਾਂ 10-15 ਪੇਸ਼ੈਂਟ ਸਾਡੇ ਕੋਲ ਫੋਲੋਅਪ ਜਾਂ ਨਵੇਂ ਪੇਸ਼ੈਂਟ ਹਮੇਸ਼ਾ ਪਰ ਡੇ ਜੁੜਦੇ ਨੇ। ਅਤੇ 90% ਲੋਕ ਹੈਗੇ ਨੇ ਆਲਰੇਡੀ ਜਿਹੜੇ, ਤੁਹਾਨੂੰ ਵੀ ਕਦੇ ਨਾ ਕਦੇ ਬੈਕ ਪੇਨ ਹੋਇਆ ਹੋਊਗਾ, ਤਾਂ 90% ਲੋਕਾਂ ਨੂੰ ਹੈ, ਠੀਕ ਹੈ। ਅਤੇ ਇੰਨਾ ਕੋਮਨ ਹੈ ਬਟ ਦਿਖਾਉਂਦੇ ਕਿਉਂ ਨਹੀਂ, ਬਿਕੋਜ਼ ਮਿਥ ਨੇ ਕਿ ਹਾਂ ਪਹਿਲੇ ਤਾਂ ਓਵਰ ਕਾਊਂਟਰ ਲੋਕਲ ਤੋਂ ਕਿਤੋਂ ਪੇਨ ਕਿਰਲਾ ਲੈ ਲੈਣਗੇ, ਫਿਰ ਵਧੇਗਾ ਕੁਛ ਤਾਂ ਫਿਰ ਜਾਣਗੇ ਇੱਧਰ ਉੱਧਰ, ਜਿਹੜਾ ਨੂੰ ਲੋਕਾਂ ਨੇ ਸਪਾਈਨ 'ਚ ਨਹੀਂ ਕੰਮ ਕਰ ਰਹੇ ਉਹਨਾਂ ਕੋਲ ਵੀ ਚੱਲ ਜਾਣਗੇ, ਉਹ ਵੀ ਲਿਖ ਦਿੰਦੇ ਕਿਉਂਕਿ ਦਵਾਈਆਂ ਦਾ ਸਾਰਿਆਂ ਨੂੰ ਪਤਾ ਹੁੰਦਾ। ਬਟ ਉਹ ਸਾਨੂੰ ਜਦ ਤੱਕ ਪਤਾ ਨਹੀਂ ਦੁਸ਼ਮਣ ਕਿੱਥੇ ਆ ਤਾਂ ਅਸੀਂ ਗੋਲੀ ਕਿੱਥੇ ਮਾਰਨੀ, ਜਦ ਤੱਕ ਤੁਹਾਨੂੰ ਡਾਇਗਨੋਜ ਨਹੀਂ ਬਣਿਆ ਤਦ ਤੱਕ ਤੁਹਾਨੂੰ ਇਹ ਗੋਲੀਆਂ ਖਾਣ ਦਾ ਕੋਈ ਮਤਲਬ ਨਹੀਂ। ਤੋ ਸਪਾਈਨ ਸਪੈਸ਼ਲਿਸਟ ਤੋਂ ਜਾਣਾ ਚਾਹੀਦਾ, ਡਾਇਗਨੋਸ ਬਣਾਉਣਾ ਚਾਹੀਦਾ। ਅਸੀਂ ਵੀ ਦਵਾਈਆਂ ਦਿੰਦੇ ਹਾਂ, 90% ਲੋਕਾਂ ਨੂੰ ਦਵਾਈਆਂ ਨਾਲ ਹੀ ਠੀਕ ਕਰਦੇ, ਸਰਜਰੀ ਸਿਰਫ 10% 'ਚ ਹੁੰਦੀ ਹੈ, ਹੋਰ 10% 'ਚ ਉਹਨਾਂ 'ਚ ਹੁੰਦੀ ਜਿਹਨਾਂ 'ਚ ਬਹੁਤ ਮਸਟ ਹੁੰਦਾ। ਅਦਰਵਾਈਜ਼ ਇੱਥੇ ਕਿਹੜੀ ਕਿਹੜੀ ਮਸ਼ੀਨਸ ਨੇ, ਕਿਹੜੀ ਕਿਹੜੀ ਟੈਕਨੀਕਸ ਨੇ ਕਿ ਓਪਰੇਸ਼ਨ ਥੀਏਟਰ ਦੇ ਵਿੱਚ? ਸਾਡੇ ਕੋਲ ਕੀ ਹੈਗਾ, ਅਸੀਂ ਚੰਡੀਗੜ੍ਹ 'ਚ ਵੀ ਸਾਡਾ ਇੱਕੋ ਹੀ ਸੈਂਟਰ ਹੈ ਜਿਹਦੇ ਕੋਲ ਐਂਡੋਸਕੋਪ ਹੈਗਾ। ਮੈਂ ਤੁਹਾਨੂੰ ਥੋੜ੍ਹੇ ਜਿਹੇ ਇੰਸਟਰੂਮੈਂਟ ਦਿਖਾਉਣਾ ਚਾਹੂੰਗਾ, ਤੁਸੀਂ ਅੱਗੇ ਆ ਗਿਓ। ਚੰਡੀਗੜ੍ਹ ਦੇ ਵਿੱਚ ਇੱਕੋ ਹੀ ਸੈਂਟਰ ਹੈ ਜਿੱਥੇ ਐਂਡੋਸਕੋਪੀ ਹੁੰਦੀ ਹੈ? ਸਾਡੇ ਕੋਲ ਹੀ ਹੈ ਐਂਡੋਸਕੋਪ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ, ਹੋਸਪਿਟਲ ਦੇ ਵਿੱਚ। ਅਤੇ ਉਸ ਤੋਂ ਬਾਅਦ ਮੈਂ ਹੁਣ ਦਿਖਾ ਦੇ ਸਕਦਾ, ਤੁਹਾਨੂੰ ਲਾਈਵ ਦਿਖਾ ਵੀ ਦਿੰਦੇ ਹਾਂ ਕਿ ਆਪਣੇ ਇੰਸਟਰੂਮੈਂਟਸ ਨੇ। ਇਹ ਸਾਡਾ ਜਿਹੜਾ ਹੈ ਇਹ ਸਕੋਪ ਹੈ ਛੋਟਾ ਜਿਹਾ, ਜਿਹਦੇ ਨਾਲ ਆਪਾਂ ਦੇਖਦੇ ਹਾਂ ਬੇਸਿਕਲੀ ਇਹ ਮਲਟੀਪਲ ਡਾਇਲੇਟਰਸ ਨੇ। ਇਹ ਆਪਾਂ ਪੇਸ਼ੈਂਟ ਨੂੰ ਛੋਟੇ ਜਿਹੇ ਪਿੰਨ ਪੁਆਇੰਟ ਚੀਰੇ ਦੇ ਨਾਲ ਮਲਟੀਪਲ ਡਾਇਲੇਟਰਸ ਆਪਾਂ ਲਗਾਉਂਦੇ ਹਾਂ, ਇਹਦੇ ਉੱਪਰ ਇੱਦਾਂ ਦਾ ਕਰਕੇ ਸਾਰੇ ਸ਼ੀਥੇ ਚੜ੍ਹਦੀਆਂ ਜਾਂਦੀਆਂ, ਫਿਰ ਉਸ ਤੋਂ ਬਾਅਦ ਇੱਦਾਂ ਦਾ ਕਰਕੇ ਸਾਰੇ ਚਾੜ ਕੇ ਉਸ ਤੋਂ ਬਾਅਦ ਫਾਈਨਲ ਸ਼ੀਥ ਦੇ ਉੱਪਰ ਇਹ ਲੱਗ ਜਾਂਦਾ ਪੇਸ਼ੈਂਟ 'ਤੇ, ਸਿਰਫ ਇੰਨੇ ਕੁ ਚੀਰੇ ਦੇ ਨਾਲ ਇਹ ਲੱਗ ਜਾਂਦਾ। ਇਹਦੇ ਉੱਪਰ ਹੀ ਬਾਅਦ 'ਚੋਂ ਆਪਾਂ ਸਕੋਪ ਲਗਾਉਂਦੇ ਹਾਂ ਇੱਦਾਂ ਕਰਕੇ, ਫਿਰ ਇਹਦੇ ਇਹ ਸਾਰੇ ਫਿਕਸ ਹੋ ਜਾਂਦੇ ਨੇ ਟੇਬਲ ਨਾਲ, ਫਿਰ ਇਹਦੇ ਥਰੂ ਸਾਰਾ ਕੰਮ ਹੁੰਦਾ। ਇਹ ਕਿ ਉਹਨੂੰ ਪੇਸ਼ੈਂਟ ਨੂੰ ਕੋਈ ਵੀ ਕੱਟ ਨਹੀਂ, ਬਿਗ ਕੱਟ ਲੱਗਦਾ, ਬਲੀਡਿੰਗ ਨਾ ਹੋਏ,
ਇਦਾਂ ਹੁੰਦਾ ਹੈ ਕਿ ਪਹਿਲੇ ਜਿਹੜੀ ਸਰਜਰੀਜ਼ ਹੁੰਦੀਆਂ ਸੀ ਉਹਦੇ 'ਚ ਚੀਰਾ ਲੱਗਦਾ ਸੀ। ਇਹਦੇ ਵਿੱਚ ਇਹ ਇਹਨਾਂ ਦੇ ਨਾਲ ਕੀ ਹੈਗਾ, ਮਸਲ ਜਿਹੜਾ ਹੈ ਉਹ ਕੱਟਿਆ ਨਹੀਂ ਜਾਂਦਾ, ਮਸਲ ਸਪਲਿਟ ਹੁੰਦਾ ਹੈ। ਲੈਟਸ ਸੇ ਕਿ ਇਹ ਮਸਲ ਫਾਈਬਰਸ, ਇਹ ਵਿੱਚ ਗਿਆ, ਇਹਨੇ ਕੀ ਕਰਨਾ, ਇਹਨੇ ਮਸਲ ਨੂੰ ਸਪਲਿਟ ਕਰਨਾ। ਆਈਡਲੀ ਆਪਾਂ ਕੱਟਦੇ ਹੁੰਦੇ ਸੀ, ਹਾਂ, ਦਿਸ ਇਜ਼ ਮਸਲ ਸਪਲਿਟਿੰਗ ਸਰਜਰੀ। ਹਾਂ, ਮਸਲ ਕੱਟਿਆ ਕੱਟੇਗਾ ਨਹੀਂ ਤਾਂ ਉਹ ਮਸਲ ਸੋਰਿੰਗ ਨਹੀਂ ਹੋਏਗੀ, ਮਸਲ ਜਕੜਨ ਪਰ ਨਹੀਂ ਆਏਗਾ, ਤਾਂ ਮਸਲ ਸੋਰਿੰਗ ਨਹੀਂ, ਪੇਸ਼ੈਂਟ ਜਲਦੀ ਮੋਬਲਾਈਜ਼ ਹੋ ਜਾਂਦਾ। ਤਾਂ ਇਹਦਾ ਇਹ ਜਿਹੜਾ ਐਂਡੋਸਕੋਪੀ ਦਾ ਇਹੀ ਫਾਇਦਾ ਹੈ ਕਿ ਮਸਲ ਸਪਲਿਟਿੰਗ ਸਰਜਰੀ, ਇਹਦੇ 'ਚ ਮਸਲ ਟਿਸ਼ੂ ਡੈਮੇਜ ਘੱਟ ਹੁੰਦਾ, ਮਸਲ ਨੈਕਰੋਸਿਸ ਘੱਟ ਹੁੰਦਾ, ਓਪਰੇਸ਼ਨ ਦੇ ਬਾਅਦ ਜਿਹੜਾ ਹੀਲਿੰਗ ਹੁੰਦਾ ਉਹਦੇ 'ਚ ਵੀ ਫਾਸਟ ਰਿਕਵਰੀ। ਸਾਡੇ ਕੋਲ ਮਾਈਕਰੋਸਕੋਪ ਵੀ ਹੈਗਾ, ਅਸੀਂ ਸਾਰੇ ਜਿਹੜੇ ਹਾਂ ਬੜੇ ਸਾਰੇ ਲੋਕ ਇਹ ਹੁੰਦੇ ਆ ਕਿ ਪੇਸ਼ੈਂਟਸ ਨੂੰ ਇਹ ਹੁੰਦਾ ਹੈ ਕਿ ਕੋਈ ਮੈਨੂੰ ਕੋਈ ਹੋਰ ਦਿੱਕਤ ਨਾ ਹੋ ਜਾਏ, ਜਾਂ ਕਹਿ ਸਕਦੇ ਹੋ ਕਿ ਕਈ ਵਾਰੀ ਹੈਜ਼ੀਟੇਸ਼ਨ ਕਰਦੇ ਆ। ਸੋ ਉਹਨਾਂ ਪੇਸ਼ੈਂਟਸ ਲਈ ਤੁਹਾਡੇ ਕੋਲ ਕੀ ਮੈਸੇਜ ਆ ਕਹਿ ਸਕਦੇ ਹੋ, ਜਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਮਰੀਜ਼ ਨੋ ਡਾਊਟ, ਦੇਖੋ ਸਾਰੇ ਸਾਡੀ ਫੈਮਿਲੀ 'ਚ ਵੀ ਪੇਸ਼ੈਂਟਸ ਹੈਗੇ ਨੇ, ਤੁਹਾਡੇ 'ਚ ਵੀ ਹੋਣਗੇ, ਬਟ ਹਮੇਸ਼ਾ ਸਾਨੂੰ ਇਹੀ ਹੋਣਾ ਚਾਹੀਦਾ ਕਿ ਖਰਚਾ ਫਿਰ ਵੀ ਹੋ ਰਿਹਾ। ਅਸੀਂ ਓਵਰ ਦਾ ਕਾਊਂਟਰ ਤੁਸੀਂ ਚਲੇ ਗਏ, ਲੈਟਸ ਸੇ 100-200 ਦੀ ਦਵਾਈ ਆ ਗਈ, ਐਟ ਦ ਐਂਡ ਆਫ ਦ ਡੇ ਹਫ਼ਤੇ ਬਾਅਦ 200 ਦੀ ਦਵਾਈ ਖਤਮ ਹੋ ਗਈ, ਕਿੱਥੇ ਪਹੁੰਚੋ ਤੁਸੀਂ? ਨੋ ਵੇਅਰ, ਇਨਵੈਸਟ ਉੱਥੇ ਕਰੋ ਜਿੱਥੇ ਰਿਟਰਨ ਵੀ ਆਵੇ, ਠੀਕ ਹੈ? ਤਾਂ ਤੁਹਾਨੂੰ ਜੇ 200 ਰੁਪਏ ਖਰਚਿਆ ਵੀ ਹੈ, ਲੈਟ ਸੇ ਆਪਾਂ ਇੱਥੇ 400 ਦੀ ਓਪੀਡੀ ਹੈ, ਉਸ ਤੋਂ ਬਾਅਦ ਡਾਇਗਨੋਸ ਤਾਂ ਬਣਦਾ ਹੈ ਕਿ ਆਪਾਂ ਹੁਣ ਉਹ ਹਫ਼ਤੇ ਬਾਅਦ ਠੀਕ ਫਿਰ ਵੀ ਹੈ ਨਹੀਂ, ਫਿਰ ਜਾਊਗਾ, ਫਿਰ ਉਹ 100 ਰੁਪਏ ਦੀ ਹੋਰ ਲੈ ਕੇ ਆਊਗਾ। ਤਾਂ ਇਨਵੈਸਟ ਉੱਥੇ ਕਰੋ ਜਿੱਥੇ ਰਿਟਰਨ ਆਵੇ, ਉੱਥੇ ਪੈਸਾ ਦਿਓ ਜੇ ਤੁਹਾਨੂੰ ਪਤਾ ਚੱਲੇ ਮੈਂ ਕਿਹਦੇ ਨਾਲ ਜੂਝ ਰਿਹਾ। ਇਹ ਕਹਾਣੀ ਹੈ ਸਾਰੀ। ਤਾਂ ਸਾਰੇ ਅੱਜ ਕੱਲ੍ਹ ਸਮਾਰਟ ਨੇ ਪੈਸੇ ਬਚਾਉਣ ਨੂੰ, ਤਾਂ ਇਰਰਲੀਵੈਂਟ ਉੱਦਾਂ ਨਾ ਕਰੋ ਕਿ ਬਹੁਤ ਲੇਟ ਹੋ ਜਾਵੇ। ਪਹਿਲਾਂ ਤਾਂ ਇਹਦਾ ਨੁਕਸਾਨ ਕੀ ਹੈ, ਪੇਸ਼ੈਂਟ ਮੇਰੇ ਕੋਲ ਲੇਟ ਆਉਂਦਾ, ਠੀਕ ਹੈ, ਕਦੀ ਕਦੀ ਲੱਤ ਸੁੰਨਪਨ ਆਲਰੇਡੀ ਆ ਚੁੱਕਿਆ, ਫਿਰ ਮੈਂ ਕੁਛ ਨਹੀਂ ਕਰਦਾ, ਸੁੰਨਪਨ ਕਦੀ ਜ਼ਿੰਦਗੀ 'ਚ ਨਹੀਂ ਜਾਂਦਾ। ਉਹ ਕਹਿੰਦੇ ਡਾਕਟਰ ਸਾਹਿਬ ਠੀਕ ਹੋ ਜਾਵੇ, ਮੈਂ ਕਹਿੰਦਾ ਤੁਸੀਂ ਸਰ ਇੱਕ ਹੋ ਜੇ ਦੱਸੋ, ਜਿਹੜਾ ਸਪਾਈਨਲ ਕੋਡ ਔਰ ਬ੍ਰੇਨ ਦੋਨਾਂ ਦਾ ਕਨੈਕਸ਼ਨ ਹੈ, ਦੋਨਾਂ ਨਰਵਸ ਦਾ ਔਰ ਸਪਾਈਨਲ ਦਾ ਕਨੈਕਸ਼ਨ ਹੈ? ਹਾਂਜੀ ਸਰ, ਇੱਦਾਂ ਹੁੰਦਾ ਮੈਡਮ ਕਿ ਬ੍ਰੇਨ ਆਪਣਾ ਹਾਇਰ ਮੈਂਟਲ ਫੰਕਸ਼ਨ ਸਾਰਾ ਦੇਖਦਾ, ਇਹਦੇ 'ਚੋਂ ਨਸਾਂ, ਜਿਵੇਂ ਕਿ ਕਿਸੇ ਨੂੰ ਕੋਈ ਨਰਵਸ ਦੇ ਵਿੱਚ ਪ੍ਰੋਬਲਮ ਹੈ, ਸਰ ਬ੍ਰੇਨ ਦੇ ਵਿੱਚ ਪ੍ਰੋਬਲਮ ਹੈ, ਉਹਦਾ ਸਪਾਈਨਲ ਦਾ ਕਨੈਕਸ਼ਨ ਹੋ ਜਾਂਦਾ? ਦੇਖੋ, ਪਤਾ ਕੀ ਹੈ, ਸਾਡੇ ਬ੍ਰੇਨ ਦੇ ਵਿੱਚ ਮੈਪਿੰਗ ਹੈ। ਮੈਂ ਹੁਣ ਬੋਲ ਵੀ ਰਿਹਾ, ਤਾਂ ਮੈਂ ਬੋਲ ਰਿਹਾ, ਪਹਿਲੇ ਤੁਹਾਡੀ ਕੰਨ ਦੀ ਆਵਾਜ਼ ਸੁਣ ਰਿਹਾ, ਮੇਰੀ ਪ੍ਰੋਸੈਸ ਹੋ ਰਹੀ ਹੈ, ਪ੍ਰੋਸੈਸਿੰਗ ਹੋ ਕੇ ਮੈਂ ਕੀ ਬੋਲਣਾ, ਫਰੰਟ ਏਰੀਆ 'ਚ ਆ ਰਿਹਾ, ਉਹ ਫਰੰਟ ਏਰੀਆ ਸਿਗਨਲ ਭੇਜ ਰਿਹਾ ਮੇਰੇ ਮੂੰਹ ਨੂੰ, ਤੂੰ ਇਹ ਬੋਲਣਾ, ਫਿਰ ਆਰਟੀਕੂਲੇਸ਼ਨ ਹੋ ਰਹੀ ਹੈ, ਫਿਰ ਸਪੀਚ ਨਿਕਲ ਰਹੀ ਹੈ, ਇਹ ਸਾਰਾ ਕਨੈਕਸ਼ਨ ਹੈ ਬ੍ਰੇਨ ਦੇ ਵਿੱਚ। ਕੁਛ ਵੀ ਸਾਰੇ ਸੈਂਟਰਸ ਨੇ, ਇੱਕ ਮੇਰਾ ਜੋ ਹੱਥ ਵੀ ਮੂਵ ਕਰ ਰਹੇ, ਹੱਥ ਦਾ ਸੈਂਟਰ ਹੈ, ਮੂੰਹ ਦਾ ਸੈਂਟਰ, ਇਹ ਸਾਰੇ ਸੈਂਟਰਸ ਨੇ। ਜਦੋਂ ਵੀ ਕਾਲਾਪਨ ਬ੍ਰੇਨ ਹੁੰਦਾ, ਉਹ ਸਾਰੇ ਏਰੀਆ ਤਾਂ ਹੀ ਮਰਦਾ, ਉਹ ਸੈਂਟਰ ਕਾਲੇ ਹੋਏ, ਅਤੇ ਇਹੀ ਇਹ ਸਾਰੇ ਹਾਇਰ ਮੈਂਟਲ ਫੰਕਸ਼ਨ ਨੇ। ਜਦੋਂ ਕੁਛ ਵੀ ਉੱਪਰ ਹੁੰਦਾ, ਹੱਥ ਮੇਰਾ ਹੋ ਸਕਦਾ। ਹਾਂ, ਦੂਸਰਾ ਹੈ ਕਿ ਹਾਂ, ਇੱਥੋਂ ਸਾਰੀਆਂ ਨਸਾਂ ਜਿੱਦਾਂ ਬੇਸਿਕਲੀ ਇੱਦਾਂ, ਦੋਨੋਂ ਬ੍ਰੇਨ ਦੀਆਂ ਨਸਾਂ ਇੱਦਾਂ ਝਾੜੂ ਵਾਂਗ ਥੱਲੇ ਉੱਤਰਦੀਆਂ ਗਰਦਨ 'ਚ, ਗਰਦਨ 'ਚ ਫਿਰ ਨਿਕਲ ਕੇ ਥੱਲੇ ਥੱਲੇ ਆਪਣੇ ਸੈਂਟਰਸ ਨੂੰ ਜਾਂਦੀਆਂ, ਅਤੇ ਇਹ ਬ੍ਰੇਨ ਅਤੇ ਸਪਾਈਨ ਕਨੈਕਟਡ ਹੈ। ਜਿਵੇਂ ਕਿ ਸਪਾਈਨ ਦੇ ਵਿੱਚ ਕੱਲੀ ਪ੍ਰੋਬਲਮ ਆਈ ਹੈ, ਫਿਰ ਉਹ ਬ੍ਰੇਨ ਨਾਲ ਕਨੈਕਸ਼ਨ ਹੈ, ਸਰ ਕੋਈ ਫ੍ਰੈਕਚਰ, ਜਿਸਾ ਕੋਈ ਫ੍ਰੈਕਚਰ ਹੋ ਗਿਆ, ਇਹ ਲੈਵਲ ਹੈ, ਘਰ ਤੁਹਾਡੇ ਮੀਟਰ ਲੱਗਾ ਹੋਇਆ, ਮੰਨ ਲਓ ਇੱਕ ਮੀਟਰ ਮੇਨ ਸਪਲਾਈ ਇੱਕ ਟਰਾਂਸਫਾਰਮ ਤੋਂ ਆ ਰਹੀ ਹੈ, ਉਹਨੂੰ ਬ੍ਰੇਨ ਮੰਨ ਲਈ, ਇੱਕ ਮੀਟਰ ਮੰਨ ਲਓ ਜੇ ਗਰਦਨ ਮੰਨ ਲਓ, ਉਸ ਤੋਂ ਥੱਲੇ ਜਿਹੜੇ ਕਮਰਿਆਂ ਨੂੰ ਸਪਲਾਈ ਮੰਨ ਲਓ, ਉਹ ਬਾਹਾਂ ਨੇ ਪੈਰ ਨੇ, ਸਮਝ ਗਏ? ਜੇ ਟਰਾਂਸਫਾਰਮ ਖਰਾਬ ਹੈ ਤਾਂ ਮੀਟਰ 'ਚ ਬੱਤੀ ਨਹੀਂ ਆਉਂਦੀ, ਮੋਟਾ ਮੋਟਾ। ਜੇ ਮੀਟਰ ਖਰਾਬ ਹੈ ਤਾਂ ਚਾਰੋਂ ਕਮਰੇ 'ਚ ਲਾਈਟ ਨਹੀਂ ਆਉਣੀ। ਜੇ ਇੱਥੇ ਮੇਰੇ ਕੁਛ ਹੈ, ਮੇਰੇ ਚਾਰੋਂ ਕਮਰੇ ਲੱਤਾਂ ਬਾਹਾਂ ਗਈ ਆ, ਜੇ ਹਾਂ ਕਮਰੇ ਦੀ ਇੱਕ ਬੱਤੀ ਖਰਾਬ ਹੈ ਤਾਂ ਬਾਕੀ 3 ਕਮਰੇ 'ਤੇ ਚੱਲਣਗੇ, ਸਮਝ ਗਏ? ਫਿਰ ਉਹ ਇੰਡੀਵਿਜੁਅਲੀ ਹੈ, ਇੱਦਾਂ ਹੀ ਹੈ, ਜਿੰਨਾ ਹਾਇਰ ਬ੍ਰੇਨ ਦੇ ਵਿੱਚ ਜਿੰਨਾ ਹਾਇਰ ਡੈਮੇਜ ਹੈ ਉਨਾ ਅੱਗੇ ਵਾਈਡ ਸਪਰੈਡ ਦਿਖਦਾ। ਸੋ ਮੀਨਸ ਬ੍ਰੇਨ ਟੂ ਅਦਰ ਬੋਡੀ ਦਾ ਕਨੈਕਸ਼ਨ ਹੈ, ਲੇਕਿਨ ਅਦਰ ਬੋਡੀ ਕਿਤੇ ਸੱਟ ਲੱਗੀ ਉਹਦਾ ਕਨੈਕਸ਼ਨ ਘੱਟ ਹੈ। ਉਪਰੋਂ ਤਾਰ ਆ ਗਈ ਨਾ, ਇੱਥੇ ਪਹੁੰਚ ਗਈ, ਹੁਣ ਇੱਥੇ ਡੈਮੇਜ ਹੈ ਤਾਂ ਇਕੱਲੀ ਲਾਤੀ ਜਾਊਗੀ ਨਾ, ਉਦਾਂ ਹੀ। ਇਹ ਤਾਂ ਹੋ ਗਈ ਐਂਡੋਸਕੋਪੀ ਦੀ ਗੱਲ, ਕੋਈ ਹੋਰ ਹੈ ਟੈਕਨੀਕ ਜਿਹੜੀ ਕਿ ਪੇਸ਼ੈਂਟਸ ਦੇ ਉੱਪਰ ਵਰਤੀ ਜਾਂਦੀ? ਦੇਖੋ, ਹੀਲਿੰਗ ਵਿੱਚ ਅਸੀਂ ਕਾਫੀ ਟਾਈਮ ਹੋ ਗਿਆ, ਅਸੀਂ 1.5 ਸਾਲ ਹੋ ਗਏ ਜਦੋਂ ਮੈਂ ਲਾਂਚ ਕੀਤਾ ਸੀ ਅਵੇਕ ਸਪਾਈਨ ਸਰਜਰੀ। ਇਹਦੇ 'ਚ ਇਹ ਕਿ ਪਹਿਲੇ ਸਪਾਈਨ ਦੇ ਪੇਸ਼ੈਂਟ ਜਿਹੜੇ ਹੁੰਦੇ ਸੀ ਉਹ ਪੂਰਾ ਬੇਹੋਸ਼ ਕਰਕੇ, ਰਿਲੈਕਸ ਕਰਕੇ ਵੈਂਟੀਲੇਟਰ 'ਤੇ ਲੈ ਕੇ ਹੁੰਦੇ ਸੀ। ਅਸੀਂ ਹੁਣ ਕੀ ਕਰਦੇ ਹਾਂ, ਅਸੀਂ ਸਿਰਫ ਪੇਸ਼ੈਂਟ ਨੂੰ ਪੂਰਾ ਹੋਸ਼ 'ਚ ਰਹਿੰਦਾ, ਪੇਸ਼ੈਂਟ ਪੂਰਾ ਆਪਣਾ ਇੰਟਰੈਕਟ ਕਰਦਾ, ਦੱਸਦਾ ਕਿ ਹਮੇ ਠੀਕ ਹੈ, ਈਵਨ ਪੇਸ਼ੈਂਟ ਆਪਣੇ ਮਨਪਸੰਦ ਗਾਣੇ ਵੀ ਸੁਣਦਾ, ਉਹਦੇ ਨਾਲ ਪੇਸ਼ੈਂਟ ਰਿਲੈਕਸ ਰਹਿੰਦਾ ਕੰਫਰਟੇਬਲ ਇਨਵਾਇਰਮੈਂਟ ਦੇ ਨਾਲ। ਅਸੀਂ ਕਰਦੇ ਹਾਂ ਜਿੱਥੇ ਏਰੀਆ ਓਪਰੇਸ਼ਨ, ਬਸ ਉਹਨਾਂ ਕੁ ਏਰੀਆ ਸੁਣ ਲਓ, ਉਹ ਥੱਲੇ ਥੱਲੇ ਨਸਾਂ ਸ਼ਾਂਤ ਕਰਕੇ ਉਹਦਾ ਓਪਰੇਸ਼ਨ ਕਰਦੇ ਹਾਂ, ਘੰਟਾ 1.5 ਘੰਟਾ। ਇਸ ਦੋਨੋਂ ਐਂਡੋਸਕੋਪੀ ਵੀ ਅਤੇ ਮਾਈਕਰੋਸਕੋਪੀ ਵੀ, ਦੋਨੋਂ ਜਿਹੜਾ ਤੁਹਾਨੂੰ ਮੈਂ ਦਿਖਾਊਂਗਾ ਥੋੜ੍ਹੀ ਦੇਰ ਤੱਕ, ਦੋਨੋਂ ਹੀ ਅਸੀਂ ਛੋਟੇ ਚੀਰੇ ਪਲੱਸ ਪੇਸ਼ੈਂਟ ਹੋਸ਼ ਰੱਖ ਕੇ ਕਰਦੇ, ਪੇਸ਼ੈਂਟ ਬੜਾ ਖੁਸ਼ ਰਹਿੰਦਾ। ਇਹ ਟੈਕਨੀਕ ਜਿਹੜੀ ਹੈ ਉਹਨਾਂ 'ਚ ਬੜਾ ਇੰਪੋਰਟੈਂਟ ਹੈ ਜਿਹੜੇ ਹਾਈ ਰਿਸਕ ਨੇ। ਚਲੋ, ਤੁਸੀਂ ਐਂਡੋਸਕੋਪ ਦਾ ਤਾਂ ਤੁਸੀਂ ਦੇਖ ਲਿਆ, ਹੁਣ ਦੂਜਾ ਤੁਹਾਨੂੰ ਮੈਂ ਹੋਰ ਆਪਣੇ ਨਿਊਰੋਸਰਜੀ ਡਿਪਾਰਟਮੈਂਟ 'ਚ ਕੀ ਹੈ, ਜਿਹਦੇ ਨਾਲ ਮੈਕਸੀਮਮ ਕੇਸਿਸ ਬ੍ਰੇਨ ਦੇ, ਸਪਾਈਨ ਦੇ, ਜਿਵੇਂ ਸਪਾਈਨ ਟਿਊਮਰਸ ਹੈਗੇ ਆ, ਹੋਰ ਸਪਾਈਨ ਦੇ ਕੰਪਲੈਕਸ ਕੇਸਿਸ ਆਪਾਂ ਜਿੰਨਾ ਕਰਦੇ ਹਾਂ, ਇਹ ਸਾਡਾ ਕਾਲਜੀਜ਼ ਦਾ ਨਿਊਰੋਸਰਜੀਕਲ ਮਾਈਕਰੋਸਕੋਪ ਹੈ, ਅਤੇ ਮਲਟੀ
ਤਾਂ ਕਾਫੀ ਕੰਫਰਟੇਬਲ ਹੋਣ ਦੇ ਨਾਲ ਆਪਾਂ ਜੋ ਹੈ ਆਪਰੇਸ਼ਨ ਕਰਨ ਲੱਗ ਮਤਲਬ ਕਰ ਸਕਦੇ ਵਿਦਆਊਟ ਐਨੀ ਡਿਫੀਕਲਟੀ। ਸੋ ਹੀਲਿੰਗ ਦੇ ਵਿੱਚ ਜੇ ਤੁਸੀਂ ਟੈਕਨੋਲੋਜੀ ਪੁੱਛੋਗੇ ਸਾਰੀ ਹੈਗੀ, ਐਂਡੋਸਕੋਪ ਵੀ ਹੈਵ ਦਾ ਹਾਇਰ ਐਂਡ, ਵੀ ਹੈਵ ਦਾ ਮਾਈਕਰੋਸਕੋਪ ਹਾਇਰ ਐਂਡ, ਮੋਡੂਲਰ ਓਟੀ ਤੁਸੀਂ ਖੜੇ ਹੋ, ਇਟਸ ਅ ਬੈਸਟ ਓਟੀ ਮਤਲਬ ਚੰਡੀਗੜ੍ਹ ਦੇ ਵਿੱਚ ਬੈਸਟ ਓਟੀ। ਜਿਹੜਾ ਆਪਰੇਸ਼ਨ ਕਰਨ ਜਾ ਰਹੇ ਉਹ ਕਿਹੜਾ ਹੈ? ਇਹ ਜੋ ਹੈ ਦੋ ਲੈਵਲ ਦਾ ਡਿਸਕ ਜਿਹੜਾ ਅਸੀਂ ਓਪਰੇ, ਮੈਂ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦਾ ਕਿ ਹਾਂ ਇਹ ਆਪਣੀ ਸਪਾਈਨ ਦੀ MRI ਹੈ। ਸਪਾਈਨ ਦੀ MRI ਵਿੱਚ ਤੁਸੀਂ ਦੇਖ ਸਕਦੇ ਹੋ ਨਸ ਥੱਲੇ ਆ ਰਹੀ ਹੈ, ਠੀਕ ਹੈ। ਆਹ ਇੱਥੇ ਆਹ ਜਿਹੜੀ ਦੋ ਲੈਵਲ, ਇੱਕ ਆਹ ਨਸ ਫਟੀ ਇੱਥੇ, ਆਹ ਡਿਸਕ ਫਟੀ, ਉਹਨੇ ਨਸ 'ਤੇ ਦਬਾਅ ਦੇ ਦਿੱਤਾ, ਇੱਕ ਥੱਲੇ ਵਾਲੀ ਨੇ ਵੀ ਮੂੰਹ ਕੱਢਿਆ ਹੋਇਆ। ਇਹਦੇ 'ਚ ਦੇਖੋਗੇ ਆਹ ਜਿਹੜੀ ਚੁੰਝ ਜਿਹੀ ਹੈਗੀ ਹੈ ਨਾ, ਇਹ ਨਸ ਨੂੰ ਖੱਬੀ ਸਾਈਡ ਦੀ ਨਸ ਨੂੰ ਦਬਾ ਰਹੀ ਹੈ। ਇਹਨਾਂ ਦੇ ਖੱਬੇ ਪੈਰ 'ਚ ਬਹੁਤ ਦਰਦ ਹੈ, ਪਰ ਇੱਕ ਛੋਟੀ ਡਿਸਕ L4-5 ਜੀ ਹੈ ਜਿਹੜੀ ਸੱਜੇ ਪਾਸੇ ਕਦੇ ਕਦੇ ਉਹਨੂੰ ਤੰਗ ਕਰਦੀ ਹੈ। ਅਤੇ ਅਸੀਂ ਪਲੈਨ ਇਹੀ ਕੀਤਾ ਇਹ ਤਾਂ ਅਰਜੈਂਟ ਕੱਢਣੀ ਹੈ, ਇਹਨੂੰ ਚੈੱਕ ਕਰਦੇ ਹੋਏ ਆਵਾਂਗੇ ਕਿ ਇਹ ਕਿੰਨਾ ਕੁ ਤੰਗ ਕਰਦੀ। ਤਾਂ ਦੋਨੋਂ ਲੈਵਲ ਇਹਦੇ ਇਹਨਾਂ ਦੇ ਆਪਾਂ ਓਪਰੇਟ ਕਰਕੇ ਆਵਾਂਗੇ, ਸੋ ਦੈਟ ਮਰੀਜ਼ ਨੂੰ ਵਾਰ ਵਾਰ ਨਾ ਖੋਲ੍ਹਣਾ ਪਵੇ। ਬੋਡੀ ਬਿਲਡਰ ਨੇ ਬੋਡੀ ਕਰਤੇ ਹੋਏ ਇਹਨਾਂ ਨੇ ਵਜਨ ਉਠਾ ਲਿਆ, ਤਾਂ ਉਸਕੇ ਬਾਅਦ ਸਾਰਾ ਇਨਕੋ ਦਿੱਕਤ ਆਈ ਥੀ, ਤੋ ਬਹੁਤ ਪੇਨ ਮੇਂ ਥੇ, ਬੈਠ ਨਹੀਂ ਪਾ ਰਹੇ, ਤੋ ਇਸਕੋ ਅਰਜੈਂਟ ਸਰਜਰੀ ਕੇ ਲਈ ਹਮ ਲੈਣਾ ਚਾਹੋ। ਤੋ ਆਤੇ ਹੈ ਲੋਕ, ਇਹ ਵੀ ਹਮਾਰਾ ਔਨਲਾਈਨ ਦੇਖ ਕੇ, ਲੋਕਾਂ ਕਾ ਵਿਊ ਦੇਖ ਕੇ ਆਤੇ ਹੈ, ਇਹਨਾਂ ਨੇ ਇੱਕਦਮ ਸੇ ਡਿਸੀਜ਼ਨ ਲੈ ਲਿਆ ਕਿ ਸਰ ਆਪਸੇ ਕਰਾ ਲੇ। ਤੋ ਜਬ ਬਿਮਾਰੀ ਹੈ, ਅਗਰ ਆਲਰੇਡੀ MRI ਮੇਂ ਸਭ ਕੁਛ ਹੈ, ਆਪ ਨਹੀਂ ਭਾਗ ਸਕਤੇ ਉਸ ਕੀ ਫਾਇਦਾ, ਇਲਾਜ ਕਰਾਓ, ਜਲਦੀ ਜਲਦੀ ਕਰਾਓ ਅਤੇ ਉਹ ਠੀਕ ਹੋ ਕੇ ਜਾਓ। ਤੁਸੀਂ ਥੱਲੇ ਪੇਸ਼ੈਂਟਸ ਹੈਗੇ ਨੇ, ਉਹ ਐਡਮਿਟਡ ਨੇ, ਕੁਛ OPD 'ਚ ਵੀ ਆਏ ਹੋਣੇ ਆ, ਤੁਸੀਂ ਉਹਨਾਂ ਨੂੰ ਜ਼ਰੂਰ ਮਿਲ ਕੇ ਜਾਣਾ, ਪੁੱਛ ਕੇ ਜਾਣਾ। ਸੋ ਮਾਈਕਰੋਸਕੋਪ ਦਾ ਆਪਾਂ ਗੱਲ ਕਰ ਲਈ ਸੀ ਕਿ ਹਾਂ ਮਾਈਕਰੋਸਕੋਪ ਤੁਹਾਨੂੰ ਦੱਸਦਾ ਕਰ ਲਈ ਸੀ ਵੀ ਬੈਸਟ ਹੈ। ਉਸ ਤੋਂ ਬਾਅਦ ਸਾਡੇ ਕੋਲ ਜਿਹੜੀ CM ਵੀ ਹੈ, ਜਿਹਦੇ ਨਾਲ ਆਪਾਂ ਸਕਰੂ ਫਿਕਸੇਸ਼ਨ ਜਾਣਾ ਕਰਦੇ ਹਾਂ, ਉਹ ਵੀ ਜਿਹੜੀ ਲੇਟੈਸਟ CM ਹੈ ਸਾਡੇ ਕੋਲ ਇੱਥੇ ਹੈਗੀ। ਇਹਦੇ ਵਿੱਚ ਆਪਾਂ ਰਨਿੰਗ ਸ਼ਾਰਟਸ ਵੀ ਲੈ ਲੈਂਦੇ ਹਾਂ, ਈਵਨ ਕਾਫੀ ਹਾਈ ਕੁਆਲਿਟੀ ਦੀ ਹੈ, ਮੋਟੇ ਮੋਟੇ ਪੇਸ਼ੈਂਟਸ ਵੀ ਇੱਥੇ ਅੱਛੇ ਵਿਜੁਅਲਾਈਜ਼ ਹੋ ਜਾਂਦੇ ਆ, ਤਾਂ ਉਹ ਵੀ ਸਾਡੇ ਕੋਲ ਜਿਹੜੀ ਹੈ ਜਿਹੜੀ ਟ੍ਰਾਈਸਿਟੀ ਦੀ ਸਭ ਤੋਂ ਜਿਹੜੀ ਬੈਸਟ CM ਆਪਣੇ ਕੋਲ ਹੈਗੀ ਹੈ। ਇਹ ਸਾਰੀ ਚੀਜ਼ਾਂ ਕਰਕੇ ਹੈ ਜੋ ਆਪਾਂ ਕਹਿ ਸਕਦੇ ਹਾਂ ਕਿ ਹਾਂ ਹੀਲਿੰਗ ਹੋਸਪਿਟਲ ਤੁਹਾਨੂੰ ਜੋ ਤੁਹਾਡੀ ਜਿਹੜੀ ਚੋਇਸ ਦਾ ਸਭ ਤੋਂ ਨੰਬਰ 1 ਹੋਣਾ ਚਾਹੀਦਾ, ਕਿਉਂਕਿ ਵੀ ਹੈਵ ਦਾ ਬੈਸਟ ਕੁਆਲਿਟੀ ਐਂਡ ਸਾਰਾ ਕੁਝ ਸਾਡੇ ਕੋਲ ਇੱਕ ਛੱਤ ਦੇ ਥੱਲੇ ਹੈਗਾ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਆਪਣਾ ਬੜਾ ਕੀਮਤੀ ਸਮਾਂ ਦਿੱਤਾ ਹੈ, ਅਤੇ ਹੋਪ ਕਰਦੇ ਹਾਂ ਕਿ ਇਹੋ ਜਿਹੇ ਡਾਕਟਰ ਹੋਰ ਵੀ ਆਉਣ ਜਿਹੜੇ ਕਿ ਪੇਸ਼ੈਂਟ ਨੂੰ ਠੀਕ ਵੀ ਕਰਦੇ ਨੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਇੱਕ ਨਵੀਂ ਜ਼ਿੰਦਗੀ ਵੀ ਦਿੰਦੇ ਨੇ। ਥੈਂਕ ਯੂ ਸੋ ਮੱਚ। ਫਿਰ ਮੈਂ ਡਾਕਟਰ ਸਾਹਿਬ ਨੂੰ ਮਿਲਿਆ, ਇਹਨਾਂ ਨੇ ਮੇਰਾ MRI ਕਰਵਾਇਆ, ਕਰਵਾ ਕਰਕੇ ਇਹਨਾਂ ਨੇ ਦੇਖਿਆ, ਕਹਿੰਦੇ ਤੁਹਾਡੇ ਸਪਾਈਨ ਦੇ ਵੀ ਫ੍ਰੈਕਚਰ ਹੈ, ਅਤੇ ਇਹਨਾਂ ਨੇ ਮੇਰਾ ਉਹ ਕਹਿੰਦਾ ਵੀ ਓਪਰੇਟ ਕਰਨਾ ਪਏਗਾ, ਜਿਮਪਰਾਨ ਲੱਗੇਗਾ। ਮੇਰਾ ਐਕਸਪੀਰੀਅੰਸ ਇਹ ਹੈ ਕਿ ਡਾਕਟਰ ਸਾਹਿਬ ਬਹੁਤ ਵਧੀਆ ਇਹਨਾਂ ਨੇ ਓਪਰੇਟ ਕੀਤਾ, ਔਰ ਜਿਹੜਾ ਇੱਥੇ ਦਾ ਸਟਾਫ ਹੈ ਉਹ ਵੀ ਉਹਨਾਂ ਨੇ ਬਹੁਤ ਕੋਆਪਰੇਟਿਵ ਹੈਗਾ, ਕੋਈ ਕਿਸੇ ਕਿਸਮ ਦੀ ਮੈਨੂੰ ਕੋਈ ਪਰੇਸ਼ਾਨੀ ਨਹੀਂ ਆਈ, ਔਰ ਮੈਨੂੰ ਬਹੁਤ ਅੱਛਾ ਲੱਗਿਆ ਇੱਥੇ। ਔਰ ਜੇ ਵੀ ਹੋਰ ਵੀ ਕੋਈ ਕਿਸੇ ਮੇਰੇ ਜਿਸ ਤਰ੍ਹਾਂ ਤਕਲੀਫ ਹੈ ਕੋਈ, ਉਹਨੂੰ ਡਾਕਟਰ ਅਜੇ ਸਿੰਘ ਨੂੰ ਡਾਕਟਰ ਹੀਲਿੰਗ ਹੋਸਪਿਟਲ ਦੇ ਵਿੱਚ ਸੰਪਰਕ ਕਰ ਸਕਦਾ ਹੈ। ਅਸੀਂ ਚੰਡੀਗੜ੍ਹ ਦੇ ਰਹਿਣ ਵਾਲੇ ਹਾਂ, ਔਰ ਮੈਨੇ ਫੇਸਬੁੱਕ ਤੋਂ ਇਹਨਾਂ ਦਾ ਦੇਖਿਆ ਸੀ ਹੀਲਿੰਗ ਹੋਸਪਿਟਲ ਤੋਂ ਬਾਰੇ, ਫਿਰ ਮੈਂ ਡਾਕਟਰ TS ਗਿੱਲ ਉਹਨਾਂ ਨਾਲ ਪਹਿਲੇ ਗੁੱਟਨਿਆਂ ਦਾ ਓਪਰੇਸ਼ਨ ਕਰਵਾਇਆ, ਉੱਥੋਂ ਬਹੁਤ ਜ਼ਿਆਦਾ ਸੈਟਿਸਫਾਈਡ ਹੋਏ। ਫਿਰ ਡਾਕਟਰ ਅਜੇ ਸਿੰਘ, ਕਿਉਂਕਿ ਮੇਰੀ ਸਪਾਈਨ ਦੀ ਪ੍ਰੋਬਲਮ ਵੀ ਬਹੁਤ ਵੱਡੀ ਪ੍ਰੋਬਲਮ ਸੀ, ਫਿਰ ਇਹਨਾਂ ਨਾਲ ਮਿਲੇ, ਇਹ ਤਾਂ ਬਹੁਤ ਹੀ ਅੱਛੇ ਡਾਕਟਰ, ਬਹੁਤ ਪਿਆਰ ਨਾਲ ਬੋਲਦੇ ਹਨ, ਅਤੇ ਹੀਲਿੰਗ ਹੋਸਪਿਟਲ ਫਿਰ ਅਸੀਂ ਮਾਇੰਡ ਪੱਕਾ ਬਣਾ ਲਿਆ ਵੀ 6 ਮਹੀਨੇ ਬਾਅਦ ਜੇ ਕਰਵਾਉਣਾ ਅਤੇ ਇਹਨਾਂ ਕੋਲੋਂ ਹੀ ਕਰਵਾਉਣਾ, ਔਰ ਚੰਡੀਗੜ੍ਹ ਤੋਂ ਹੀ ਕਰਵਾਉਣਾ। ਫਿਰ ਅਸੀਂ ਡਾਕਟਰ ਅਜੇ ਸਿੰਘ ਉਹਨਾਂ ਕੋਲੋਂ ਹੀ ਆਪਣਾ ਸਪਾਈਨ ਦਾ ਵੀ ਕਰਵਾਇਆ, ਬਹੁਤ ਅੱਛਾ ਐਕਸਪੀਰੀਅੰਸ ਰਿਹਾ। ਅਬ ਮੈਂ ਬਿਲਕੁਲ ਠੀਕ ਫੀਲ ਕਰਦੀ ਹਾਂ, ਔਰ ਚਲਦੇ ਫਿਰਦੇ ਹਾਂ, ਔਰ ਮੈਂ ਤਾਂ ਇਹੀ ਸਲਾਹ ਦਿੰਦੀ ਹਾਂ ਹੋਰ ਵੀ ਜਿਸ ਨੂੰ ਕੋਈ ਪ੍ਰੋ, ਕਿਉਂਕਿ ਮਲਟੀ ਹੋਸਪਿਟਲ ਹੈ, ਜਿਸ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਤਾਂ ਇੱਥੇ ਜ਼ਰੂਰ ਆਉਣ ਹੀਲਿੰਗ ਹੋਸਪਿਟਲ 'ਚ, ਇੱਥੋਂ ਆਉਣ ਕੇ ਆਪਣਾ ਟ੍ਰੀਟਮੈਂਟ ਕਰਵਾਉਣ। ਅਤੇ ਮੈਂ ਚੰਡੀਗੜ੍ਹ 'ਚ ਰਹਿਣ ਵਾਲੀ ਹਾਂ, ਅੱਜ ਤੋਂ 10-15 ਸਾਲ ਪਹਿਲਾਂ ਮੈਨੂੰ ਤਕਲੀਫ ਹੋਈ ਇੱਕ ਸਾਈਡ ਲੱਤ ਵਿੱਚ, ਕਿ ਮੈਂ ਹੋਰ ਬਹੁਤ ਜਗ੍ਹਾ ਵੀ ਦਵਾਈਆਂ ਖਾਧੀਆਂ, ਮੈਨੂੰ ਕਿਤੇ ਆਰਾਮ ਨਹੀਂ ਆਇਆ। ਫਿਰ ਮੈਨੂੰ ਇੱਥੇ ਹੀਲਿੰਗ ਹੋਸਪਿਟਲ ਅਤੇ ਡਾਕਟਰ ਅਜੇ ਸਾਹਿਬ ਦਾ ਪਤਾ ਚੱਲਿਆ ਕਿ ਅੱਛਾ ਇਲਾਜ ਕਰਦੇ ਆ। ਮੈਂ ਇੱਥੇ ਆਈ, ਮੇਰਾ ਪਹਿਲੇ ਦਿਨ ਆਉਂਦੀ ਦਾ ਮੇਰਾ ਮੂਡ ਬਣ ਗਿਆ ਮੈਂ ਆਪਰੇਸ਼ਨ ਹੀ ਕਰਾਉਣਾ। ਮੈਂ ਆਪਰੇਸ਼ਨ ਕਰਾ ਕੇ ਬੜੇ ਆਨੰਦ ਵਿੱਚ ਹੈ, ਮੈਨੂੰ ਬੜਾ ਹੀ ਆਰਾਮ ਮਿਲਿਆ। ਮੈਂ ਤੁਰ ਫਿਰ ਸਕਦੀ ਨਹੀਂ, ਮੈਂ ਤੁਰ ਫਿਰ ਨਹੀਂ ਸਕਦੀ। ਮੈਨੂੰ 4 ਮਹੀਨੇ ਹੋ ਗਏ ਜੀ, ਮੈਂ ਹੁਣ ਮੈਂ ਬਾਹਰ ਸੈਰ ਕਰਨ ਵੀ ਚਲੀ ਜਾਂਦੀ ਹੈ, ਅਤੇ ਘਰ ਦਾ ਵੀ ਥੋੜ੍ਹਾ ਕੰਮ ਕਰ ਰਹੇ ਨੇ, ਅਤੇ ਮੈਂ ਤਾਂ ਕੁਛ ਨਹੀਂ ਸੀ ਕਰਦਾ, 2 ਮਿੰਟ ਤੋਂ ਵੱਧ ਮੈਂ ਤੁਰਿਆ ਨਹੀਂ ਜਾਂਦਾ। ਮੇਰੇ ਕੋਲ ਕਿਸੇ ਨੇ ਬਤਾਇਆ ਕਿ ਡਾਕਟਰ ਅਜੇ ਸਿੰਘ ਹੈ, ਬਹੁਤ ਅੱਛੇ ਡਾਕਟਰ, ਉਨਕੇ ਪਾਸ ਜਾਓ, ਠੀਕ ਹੋ ਜਾਏਗੀ। ਫਿਰ ਮੈਂ ਯਹਾਂ ਆਇਆ, ਮੈਂ ਟ੍ਰੀਟਮੈਂਟ ਸ਼ੁਰੂ ਕਰਾਂ, ਠੀਕ ਹੋ ਗਿਆ। ਮੇਰਾ ਆਪਰੇਸ਼ਨ 21 ਤਰੀਕ ਨੂੰ ਹੋਇਆ, 21-7-2024, ਅਤੇ 22 ਤਰੀਕ ਨੂੰ ਮੈਨੂੰ ਛੁੱਟੀ ਹੋਈ, ਅਤੇ ਅੱਜ 27 ਤਰੀਕ ਆ। ਮੈਂ ਅੱਜ ਮਤਲਬ ਚੈੱਕਅਪ, ਰੂਟੀਨ ਚੈੱਕਅਪ ਵਾਸਤੇ ਆਇਆ ਸੀਗਾ, ਮਤਲਬ ਮੈਂ ਪੰਜ ਛੇ ਦਿਨਾਂ ਦੇ ਵਿੱਚ ਐਨ ਓਕੇ ਹੋ ਗਿਆ, ਕਿੱਥੇ ਮੈਂ ਬੈਠ ਵੀ ਨਹੀਂ ਸੀ ਹੁੰਦਾ, ਮੇਰੇ ਤੋਂ ਬਹੁਤ ਬੁਰਾ ਹਾਲ ਸੀਗਾ।
तो मेरे फ्रेंड ने कहा उन्होंने दसिया भी इतने हीलिंग हॉस्पिटल एक बार जाके अज सर चैक कराओ। तो फिर मैं उन्होंने को उन्होंने ट्रीटमेंट बहुत वधिया करया, उन्होंने मैं बहुत भरोसा दिता भी ऑपरेशन बहुत वधिया होगा, कोई टेंशन लेने की लोड़ नहीं हैगी। तो मैं ऑपरेट करवाया तो अज मैं बिल्कुल ठीक है। तो मैं एक साल धक्के खाते हो गया, बिल्कुल मंजे से लिट गया सी, मैं बुरा हाल से मेरा। हाँ जी हूँ ठीक है जी। हाँ जी, हेलो एवरीवन, मेरा नाम राजवीर है, मैं न्यूरो काउंसलर हूँ हीलिंग हॉस्पिटल में डॉक्टर अजय की टीम से। हो सब तो पहला तो यह दसना चाहती कि साढ़े को जो सारे पेशेंट्स ने सारे ऑल ओवर इंडिया तो आते हैं, हरियाणा तो, जम्मू कश्मीर, पंजाब, हिमाचल, ऑल ओवर इंडिया तो साढ़े को सारे पेशेंट्स आते हैं। साढ़े को हर तरह की सर्जरी होंगी है, साढ़े को एंडोस्कोप अवेलेबल है, एंडोस्कोपिक सर्जरी असी करते हैं, माइक्रोस्कोपिक सर्जरी होंगी है, मिनिमल इनवेजिव सर्जरी जिसनों कहा जाता है, ये बिल्कुल छोटे चीरे नाल जो है सर्जरी की जाती है, जिद पेशेंट की रिकवरी जो है वो जल्दी हो जाती है। Hello everybody, this is Dr. Shikha. I am neuro counselor and from Healing Hospital and from Dr. Ajay's team. So the benefits that the surgery that we are doing nowadays, the latest technique that is endoscopic, we are the only center that's performing endoscopic surgery in Chandigarh. So the benefits for endoscopic surgery, basic benefit ये रहता है कि patient का recovery जल्दी होता है, कोई blood loss नहीं होता इसमें, क्योंकि कोई चीरा एक ना के बराबर चीरा लगता है, इसमें muscle कुछ tear नहीं करते, अंदर tissues का भी damage नहीं होता, हम tissues के बीच में जाके surgery perform करते हैं जहाँ पर wear और tear नहीं होता, तो bleeding भी less रहता है, patient का कोई ICU stay भी नहीं रहता। And after surgery, after 3 to 4 hours, the patient can easily move on their own and early food intake भी रहता है। So overall ये है कि patient को post operative जो pain होता है वो कम रहता है और recovery जल्दी होता है इस surgery में। हम देखो according to patient असी जड़ा है एक packages असी बना के दिने patients नो, cash packages भी होंगे है साढ़े, और बाकी जो insurances है वो सारियाँ साढ़े को available हैं। अकॉर्डिंग टू जो पेशेंट की जी भी इंश्योरेंस होएगी वो अकॉर्डिंग जो उन्होंने इंश्योरेंस के बेनीफिट्स होंगे वो असी उन्होंने सारे प्रोवाइड करते हैं, बाकी कैश के भी जो डिस्काउंट साढ़े को हो सकते हैं वो असी अवेलेबल करवाने पेशेंट्स। पहला तो मैं सारे पी टी दर्शकों को सत श्रीकाल कहेंगे, वाहेगुरू जी खालसा वाहेगुरू जी फतेह। मैं इतने नीर भाई खवाणों का रहने वाला, भाई एक्सीडेंट मेरे बैग चोट लग गई सी, तो मैं खासे दिन 10-15 दिन दर्द महसूस होया, मैं इधर उधर भटकता रहा पर मैं कोई रास्ता नहीं मिलया, तो एंड ते मैं किसी ने सजेस्ट दी हीलिंग चंडीगढ़ 34। फिर मैं इन्होंने न्यूरो सर्जन डॉक्टर अजय सिंह के टच में आया, पर उन्होंने मैं सलाह दी भी जल्दी तो जल्दी करवा लिता जाए, पैरालाइज होने का खतरा रहता है। फिर इन्होंने मैंने अगले दिन आपका एडमिशन लैके मैंने इन्होंने प्राइवेट रूम दिता, बहुत वधिया सुविधा इत्थे जी, तो खाना पीना भी बहुत हाइजीनिक है, तो पांच मिनट बाद नर्सिंग स्टाफ की केयर है जी, तो डॉक्टर भी आते रहते हैं चेकअप करने लई। फिर मैंने इन्होंने अगले दिन सर्जरी कर दी सी, 3 बजे तो लेके 5 बजे के बीच सर्जरी हो गई थी 1.5 घंटे च। डॉक्टर अजय सिंह बहुत ही फाइन सर्जन, उन्होंने हाथ बहुत साफ है जी, तो मैंने 2 दिन इन्होंने बस 1 दिन रेस्ट करने क्या, अगले दिन मैंने उन्होंने उठ के चलाया, मैं चल पाया बिल्कुल सही हो, मैंने कोई प्रॉब्लम नहीं हैगी बैग की, कोई दर्द महसूस नहीं हुआ, पहले मैं इन्नी दर्द सीगा, हूँ मैं बिल्कुल ठीक हाँ, बस मैं बैड रेस्ट ली जिन्हें चिर किया उन्ना चिर मैं रहना हूँ, तो अब मैं डिस्चार्ज भी कर रहे हैं। वैसे इतों मैं खुशी है इस गल की भी मैं आपकी नॉर्मल लाइफ से बैक आ गया, तो इस करके मैं सारे धन्यवाद करता।